ਹਾਲ ਚਾਲ ਸਾਰਿਆਂ ਦਾ? ਬੋਲਤੀ ਬੰਦ ਚੰਟ ਬੜਾ ਆ, ਚੰਟ ਬੋਲਤੀ ਬੰਦ, ਇਸ ਲਈ ਸ਼ਾਇਦ ਮੈਨੂੰ ਸ਼ੋਅ ਨਹੀਂ ਪੂਰਾ ਦਿੰਦੇ ਨਾ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਯਾਦ ਨਹੀਂ ਰਹਿੰਦਾ ਵੀ ਸੈਗਮੈਂਟ ਕਿਹੜਾ। ਵੈਲ, ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਹਮੇਸ਼ਾ ਆ ਜਾਂਦਾ ਗੱਲਾਂ ਬਾਤਾਂ ਕਰਨ ਵਾਸਤੇ ਸਾਰਿਆਂ ਦੇ ਨਾਲ, ਅਤੇ ਅੱਜ ਵੀ ਪਹੁੰਚ ਚੁੱਕਾ ਹਾਂ ਮੈਂ ਗੱਲਾਂ ਬਾਤਾਂ ਕਰਨ ਵਾਸਤੇ, ਅਤੇ ਅੱਜ ਮੈਂ ਹਨੇਰੀ ਲਿਆਉਣੀ ਆ ਜੀ ਸਟੂਡੈਂਟਸ ਦੀ। ਹਾਂਜੀ, ਕਿਉਂਕਿ ਸਟੂਡੈਂਟਸ ਜਿਹੜੇ ਨੇ ਨਾ ਆਪਣੇ ਆਪ ਨੂੰ ਬੜਾ ਇੰਟੈਲੀਜੈਂਟ ਸਮਝਦੇ, ਅਤੇ ਇੰਟੈਲੀਜੈਂਟ ਜਿਹੜੇ ਸਟੂਡੈਂਟ ਹੁੰਦੇ ਨੇ ਮੈਨੂੰ ਬਹੁਤ ਬੁਰੇ ਲੱਗਦੇ, ਕਿਉਂਕਿ ਉਹਨਾਂ ਕਰਕੇ ਜਿਹੜੇ ਮਾੜੇ ਹੁੰਦੇ ਨਾ ਉਹਨਾਂ ਨੂੰ ਕੁੱਟ ਪੈਂਦੀ ਰਹਿੰਦੀ। ਹੁਣ ਮਿੱਤਰਾਂ ਦਾ ਕੋਈ ਕਸੂਰ ਨਹੀਂ ਆ, ਪਰ ਜੇ ਕੁਛ ਨਹੀਂ ਆਉਂਦਾ ਇਹ 'ਚ ਕੋਈ ਇੰਨੀ ਵੱਡੀ ਗੱਲ ਤਾਂ ਨਹੀਂ ਆ ਨਾ, ਬੰਦੇ ਨੂੰ ਕਈ ਨੂੰ ਨਹੀਂ ਪਤਾ ਹੁੰਦਾ। ਇਸੇ ਕਰਕੇ ਅੱਜ ਬੜਾ ਔਖਾ ਜਿਹਾ ਮੈਂ ਸਵਾਲ ਲੈ ਕੇ ਆਇਆ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਅਤੇ ਮੈਂ ਦੱਸ ਸਕਾਂ ਕਿ ਜਿਹੜਾ ਨਿਕੰਮਾ ਹੁੰਦਾ ਨਾ, ਨਹੀਂ ਮਤਲਬ ਜਿਹੜਾ ਨਿਕੰਮਾ ਹੁੰਦਾ ਨਾ ਉਹ ਵੀ ਬੜਾ ਕੰਮ ਦਾ ਹੁੰਦਾ। ਸੋ ਇਸ ਕਰਕੇ ਮੇਰਾ ਅੱਜ ਦਾ ਸਵਾਲ ਇਹ ਹੈਗਾ ਹੈ ਕਿ ਉਹ ਕਿਹੜੀ ਚੀਜ਼ ਆ ਜਿਹੜੀ ਰਾਤ ਨੂੰ ਆਉਂਦੀ ਅਤੇ ਰਾਤ ਨੂੰ ਚੱਲ ਜਾਂਦੀ ਹੈ? ਅਤੇ ਇਸ ਦਾ ਸਵਾਲ ਓਏ ਹੋਏ ਕਿ ਕੁੜੀਆਂ ਸ਼ਹਿਰ ਦੀਆਂ ਓਏ ਹੋਏ। ਹੈਲੋ ਮੈਮ, ਹੈਲੋ ਮੈਮ, ਹੈਲੋ ਮੈਮ, ਹੈਲੋ, ਹਾਈ ਮੈਮ, ਹਾਈ ਮੈਮ, ਤੁਹਾਡਾ ਨਾਮ? ਮਨਿੰਦਰ। ਮਨਿੰਦਰ ਮੈਮ, ਤੁਹਾਡਾ ਨਾਮ? ਮਨਪ੍ਰੀਤ। ਮਨਪ੍ਰੀਤ, ਅੱਛਾ, ਫੋਨ ਜ਼ਰੂਰੀ ਹੈ, ਦੱਸਣਾ ਵੀ ਜ਼ਰੂਰੀ ਹੈ, ਕਿਆ ਬਾਤ ਹੈ? ਅੱਛਾ, ਮੇਰੇ ਕੋਲ ਇੱਕ ਛੋਟਾ ਜਿਹਾ ਸਵਾਲ ਹੈ। ਡਿਫੀਕਲਟ ਤਾਂ ਹੋਵੇ ਬਸ? ਨਹੀਂ, ਬਿਲਕੁਲ ਈਜ਼ੀ ਜਿਹਾ ਹੈ। ਜਿਹਨੇ ਤੁਸੀਂ ਸਵੀਟ ਹੋ ਮੈਨੂੰ ਪਤਾ ਤੁਸੀਂ ਇੰਟੈਲੀਜੈਂਟ ਵੀ ਹੋਵੋਗੇ, ਕਿਉਂਕਿ ਬਿਊਟੀ ਵਿਦ ਬ੍ਰੇਨ ਆਲਵੇਜ਼ ਵਧੀਆ ਹੀ ਹੁੰਦਾ। ਸੋ ਮੈਮ, ਮੇਰਾ ਸਵਾਲ ਇਹ ਹੈਗਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਆਉਂਦੀ ਅਤੇ ਰਾਤੀ ਚੱਲ ਜਾਂਦੀ? ਸਟਾਰਸ ਰਾਤ ਨੂੰ ਹੁੰਦੇ ਆ। ਹਾਂ, ਨਹੀਂ, ਕਈ ਵਾਰੀ ਮੇਰੇ ਜਦੋਂ ਮੂੰਹ 'ਤੇ ਥੱਪੜ ਪਿਆ ਮੈਨੂੰ ਦਿਨੇ ਵੀ ਦਿਖੇ ਨੇ, ਇੱਦਾਂ ਦੀ ਕੋਈ ਚੱਕਰ ਨਹੀਂ। ਰਾਤ ਨੂੰ ਆਉਂਦੀ ਹੈ ਅਤੇ ਕਿਹੜੀ ਚੀਜ਼ ਹੈ ਜਿਹੜੀ ਰਾਤੀ ਆਉਂਦੀ? ਇੱਧਰ ਆ ਜਾਓ ਤੁਸੀਂ, ਕੋਈ ਚੱਕਰ ਨਹੀਂ ਹੈ, ਰਾਤੀ ਆਉਂਦੀ ਹੈ, ਰਾਤੀ ਚੱਲ ਜਾਂਦੀ ਹੈ। ਨੀਂਦ? ਓਏ ਹੋਏ, ਮੈਨੂੰ ਤਾਂ ਕਲਾਸ 'ਚ ਵੀ ਆਉਂਦੀ ਹੈ, ਮੈਨੂੰ ਘਰੇ ਵੀ ਆਉਂਦੀ ਹੈ, ਮੈਨੂੰ ਚੱਲਦੇ ਚੱਲਦੇ ਵੀ ਆਉਂਦੀ ਹੈ। ਅੱਛਾ, ਨੀਂਦ ਕਿਉਂ ਜ਼ਰੂਰੀ ਹੈ? ਸਪੈਸ਼ਲੀ ਉਦੋਂ ਕਿਉਂ ਆਉਂਦੀ ਜਦੋਂ ਲੈਕਚਰ ਚੱਲ ਰਿਹਾ ਹੋਵੇ? ਐਵੇਂ ਤਾਂ ਨਹੀਂ ਆਉਂਦੀ, ਜੇ ਲੈਕਚਰ ਬੋਰਿੰਗ ਹੁੰਦਾ ਤਾਂ ਹੀ ਆਉਂਦੀ ਆ। ਯਾਰ ਲੈਕਚਰ ਜਿਹੜਾ ਮੈਮ ਤੁਸੀਂ ਇੱਥੇ ਕੋਈ ਨਹੀਂ ਹੁੰਦੇ, ਕਿਹੜਾ ਲੈਕਚਰ ਬੋਰਿੰਗ ਲੱਗਦਾ ਸਭ ਤੋਂ ਜ਼ਿਆਦਾ? ਮੇਰਾ ਮੂਡ ਹੈਗਾ ਮੈਂ ਪੁੱਛਾਂ ਪਰਸਨਲ ਕੁਐਸਚਨ, ਕਿਹੜਾ ਲੈਕਚਰ ਬੋਰਿੰਗ? ਨਹੀਂ, ਸਾਰੇ ਵਧੀਆ ਹੁੰਦੇ ਆ। ਅੱਛਾ, ਇਹ ਤੋਂ ਪਤਾ ਲੱਗਦਾ ਕਿ ਕਿੰਨੇ ਡਿਪਲੋਮੈਟਿਕ ਹੁੰਦੇ ਨੇ ਲੋਕ। ਪ੍ਰੋਪਰ ਬੇਇੱਜ਼ਤੀ ਕਰਨੀ ਹੈ ਉਹਦੀ, ਸਾਹਮਣੇ ਬੈਠੀ ਹੋਈ ਹੈ ਉਹਨੂੰ, ਐ ਕਹਿਣਾ ਆਏ ਹਾਏ ਚੁਟਕੀ, ਏਦਾਂ ਕਰੋ। ਮੈਮ ਤੁਸੀਂ ਕਰਿਓ ਆਏ ਹਾਏ ਚੁਟਕੀ। ਹੁਣ ਤੁਹਾਡੀ ਵਾਰੀ, ਆਏ ਹਾਏ ਚੁਟਕੀ। ਲਓ, ਇਹਨਾਂ ਦੇ ਮੂੰਹ ਤੋਂ ਤੇ ਆਏ ਹਾਏ ਵੀ ਬੜਾ ਸਵੀਟ ਜਿਹਾ ਲੱਗ ਰਿਹਾ, ਔਰ ਇਹਨਾਂ ਦੇ ਤੇ ਕਿਆ ਬਾਤ ਹੈ, ਤੁਸੀਂ ਵੀ ਬਹੁਤ ਸਵੀਟ ਹੋ, ਔਰ ਨਾਲੇ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਜਵਾਬ ਆਉਂਦਾ ਆ, ਪਰ ਤੁਸੀਂ ਦੱਸਣਾ ਨਹੀਂ ਜਾਂਦੇ ਹੋ ਜਾਣ ਕੇ? ਨਹੀਂ ਨਹੀਂ ਨਹੀਂ। ਚਲੋ ਠੀਕ ਹੈ, ਇਹਦਾ ਜਵਾਬ ਮੈਨੂੰ ਜਦੋਂ ਕਿਸੇ ਤੋਂ ਮਿਲ ਜਾਏਗਾ ਮੈਂ ਤੁਹਾਨੂੰ ਦੇ ਦਾਂਗਾ। ਹਾਏ, ਹੈਲੋ ਮੈਮ, ਆਪਣਾ ਨਾਮ? ਜੀਨਾ। ਆਮ ਸੋ ਸੋਰੀ, ਮੈਨੂੰ ਪਤਾ ਕਿ ਐਸੇ ਮੈਨੂੰ ਥੱਪੜ ਵੀ ਪੜ ਸਕਦੇ ਹੈ, ਕਿਉਂਕਿ ਗਰਲਸ ਕੋ ਘੇਰਨਾ ਬੜੀ ਵੱਡੀ ਗੱਲ ਹੁੰਦੀ ਹੈ। ਸੋ ਮੈਮ, ਮੇਰੇ ਪਾਸ ਇੱਕ ਛੋਟਾ ਸਾ ਸਵਾਲ ਹੈ। ਹਾਂਜੀ ਮੈਮ, ਆਪਣਾ ਨਾਮ? ਵੰਸ਼ਿਕਾ। ਵੰਸ਼ਿਕਾ, ਅੱਛਾ, ਉਹ ਕੌਨ ਸੀ ਚੀਜ਼ ਹੈ ਜੋ ਰਾਤ ਕੋ ਆਤੀ ਹੈ ਰਾਤ ਕੋ ਚਲੇ ਜਾਤੀ ਹੈ? ਅੰਧੇਰਾ। ਗਲਤ ਜਵਾਬ। ਮੈਮ ਆਪਕੋ ਕਿਆ ਲੱਗਤਾ ਹੈ? ਪਤਾ ਨਹੀਂ, ਕੋਸ਼ਿਸ਼ ਕਰੀਏ। ਯਾ ਡੋਨਟ ਨੋ। ਯੇ ਬੈਗ ਮੇ ਕਿਆ ਹੈ? ਬੁਕਸ। ਹਾਂ, ਬਿਸਕਿਟ ਹੈ, ਤਭੀ ਤੋ ਆਪਕੋ ਜਵਾਬ ਨਹੀਂ ਆ ਰਹਾ, ਬੁਕਸ ਹੋਤੀ ਤੋ ਪਤਾ ਹੋਤਾ। ਯਾ ਸੋਰੀ, ਪਲੀਜ਼, ਟਾਈਮ ਨਹੀਂ, ਮੇਰੀ ਕਾਉਂਸਲਿੰਗ ਹੈ। ਠੀਕ ਹੈ, ਲੰਘ ਜਾਓ, ਅਸੀਂ ਹੁਣ ਕਿਸੇ ਹੋਰ ਕੋਲੋਂ ਜਵਾਬ ਮੰਗਦੇ ਹਾਂ, ਅਤੇ ਇੱਧਰ ਭਾਜੀ ਵੀ ਬੜੇ ਇੰਟੈਲੀਜੈਂਟ ਲੱਗ ਰਹੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਕੋਲ ਸਵਾਲ ਇਹ ਹੈਗਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਆਉਂਦੀ ਹੈ ਤੇ ਰਾਤ ਨੂੰ ਚੱਲ ਜਾਂਦੀ? ਪਤਾ ਨਹੀਂ, ਪਤਾ ਦੱਸੋ, ਪੱਕਾ ਪਤਾ ਹੋਣਾ ਮੈਨੂੰ ਲੱਗ ਰਿਹਾ, ਮੈਨੂੰ ਲੱਗਦਾ ਇਹਨੂੰ ਪਤਾ, ਉਹ ਕਹੀ ਜਾ ਰਿਹਾ। ਚੂੰ 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 ਚੂੰ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਕੀ ਨਾਮ ਭਾਜੀ? ਜਸਪ੍ਰੀਤ ਸਿੰਘ। ਜਸਪ੍ਰੀਤ ਭਾਜੀ, ਭਾਜੀ ਤੁਹਾਨੂੰ ਪਤਾ ਹੈ ਕਿਹੜੀ ਚੀਜ਼ ਹੈ ਜਿਹੜੀ ਰਾਤੀ ਆਉਂਦੀ ਰਾਤੀ ਚੱਲ ਜਾਂਦੀ? ਰਾਤੀ ਆਉਂਦੀ ਰਾਤੀ ਚੱਲ ਜਾਂਦੀ? ਅੱਛਾ, ਬੜੇ ਚਲਾਕ ਹੋ ਤੁਸੀਂ, ਸਾਰੇ ਜਵਾਬ ਦੇਣ ਦਿੱਤੇ ਆ ਕਿ ਜਿਹੜਾ ਸਹੀ ਹੋਏਗਾ ਲਾ ਲੈਣਗੇ। ਥੈਂਕ ਯੂ ਸੋ ਮਚ ਭਾਜੀ, ਬੜਾ ਚੰਗਾ ਲੱਗਾ ਗੱਲ ਕਰਕੇ, ਪਰ ਜਵਾਬ ਕਿਸੇ ਨੇ ਵੀ ਸਹੀ ਨਹੀਂ ਦਿੱਤਾ। ਮੈਂ ਕਿਹਾ ਦੱਸਾਂ, ਮੈਨੂੰ ਆਪ ਨਹੀਂ ਪਤਾ। ਨਾ 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 ਆਰ
Hello. I have a simple question for you, and it's seriously very sweet question. Hi, ma'am. Hi. Tada naam? मेघा मेघा मैम मैम मेरे को एक क्वेश्चन है वो ये है कि वो केड़ी चीज़ है जी 12 बजे आती है तो 12 बजे चल जाती है वो भी रात दे रात नू आती रात ही चल जाए सर आज हेल्प दे ले आ जाओ तीन दो मिनट सर थोड़ा नाम की है अमित कुमार अमित कुमार 12 बजे आती है तो 12 बजे चल जाती मैम थोड़ा अगे हो जाओ रात नू आती है 12 बजे तो 12 बजे चल जाती मतलब रात ही आती है तो रात ही चल जाती ਬਾਰਾਂ ਮੈਂ ਬੋਲਤੇ ਦਿੱਤਾ ਹੁਣ ਤਾਂ ਵੱਡਾ ਹਿੰਟ ਕਿਹੜਾ ਦੇਵਾਂ ਦੇਖ ਲਾ ਮੈਨੂੰ ਤੁਹਾਨੂੰ ਰਾਤੀ ਕਿਹੜੀ ਚੀਜ਼ ਆਉਂਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਹਾਂਜੀ ਗਲਤ ਜਵਾਬ ਹੈ ਇਹ ਤਾਂ ਕਲਾਸ 'ਚ ਵੀ ਆ ਜਾਂਦੀ ਕਈ ਵਾਰੀ ਉਹ ਤਾਂ ਹੈ ਆਧਾ ਟਾਈਮ ਸੋਈ ਤਾਂ ਰਹੇ ਹੋ ਤੇ ਕਿਆ ਹੈ ਆਂਸਰ ਬਤਾ ਦਿਓ ਮੈਂ ਤੁਹਾਨੂੰ ਪੁੱਛਣਾ ਆਇਆ ਤੁਸੀਂ ਮੈਨੂੰ ਕਹੀ ਦਿਓ बता दो यार क्लास में ध्यान नहीं लगेगा क्यूरियोसिटी रहेगी अच्छा मतलब मैं दसा मित्रा दा हाथ टाइट आ पर कोशिश करांगे जवाब थोड़े कोल भी नहीं है पूछदा मैं किसी नूं हो सकदा मिले थैंक यू सो मच बहुत चंगा लगा गल करके थैंक यू सो मच वैल जी हुण असीं वधना है अगे ते मैनूं लगदा जवाब किसे कोल भी नहीं हैगा फिर भी असीं कोशिश करांगे कि जवाब मिल जाए क्योंकि सानूं ते पता ही है इहनां नूं नहीं दसना हाय भाई आजो आजो क्या हाल चाल हाय भाई की गल नींद नूंद नहीं खुली खुलेगी हाय हाय नाम लिखाया है किंग ते किंग जी तुहाडा असली नाम की है नवजोत सिंह ते नवजोत सिंह जी मेरे को एक छोटा जा सवाल है तुहानू जवाब आंदा है ते दसो नहीं आंदा ते फिर ठीक है लंघ जाओ अगे नू ठीक है सवाल ये है कि चीज़ है जी राती आंदी ते राती चल जांदी राती आंदी ते राती चल जांदी है हाँ जी तुहाडे कहना उन्हें दिने थोड़ा चल जाना राती चल जाना हाँ जी बंदा 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 ਜਵਾਬ ਰਿਪੀਟ ਕਰਿਓ ਲੋਕੀ ਹੱਸਦੇ ਹੁਣ ਗੈਸ ਟਾਈਮ ਤੇ ਕੀ ਕਿਹਾ ਪਤਾ ਨਹੀਂ ਪਹਿਲੇ ਇਹਨਾਂ ਨੇ ਕਿਹਾ ਬੰਦਾ ਉਹ ਕਿਹੜਾ ਬੰਦਾ ਜਿਹੜਾ ਰਾਤੀ ਆਉਂਦਾ ਤੇ ਦਿਨ ਚੱਲ ਮਤਲਬ ਗੱਲਾਂ ਬਹੁਤ ਹਾਂਜੀ ਪਤਾ ਨਹੀਂ ਨਹੀਂ ਪਤਾ ਠੀਕ ਹੈ ਭਾਜੀ ਉੱਠ ਕੇ ਆਇਓ ਜਰਾ ਮੇਰੇ ਕੋਲ ਠੀਕ ਹੈ ਮੈਨੂੰ ਲੱਗ ਰਿਹਾ ਤੁਹਾਨੂੰ ਨੀਂਦ ਆ ਰਹੀ ਹੈ ਸੋ ਕੇ ਆਰਾਮ ਨਾਲ ਰੈਸਟ ਕਰਕੇ ਆਉਣਾ ਥੈਂਕ ਯੂ ਸੋ ਮਚ ਭਾਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਜਿਵੇਂ ਕਿ ਇਹਨਾਂ ਨੇ ਜਵਾਬ ਜਿਹੜਾ ਹੈ ਉਹ ਨਹੀਂ ਦਿੱਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੈਮ ਨੂੰ ਜਵਾਬ ਪੱਕਾ ਆਉਂਦਾ ਹੋਏਗਾ ਹਾਏ ਮੈਮ ਹਾਏ ਤੁਹਾਡਾ ਨਾਮ ਮੇਰਾ ਨਾਮ ਨਿਕਿਤਾ ਹੈ ਨਿਕਿਤਾ ਮੈਮ ਇੱਕ ਛੋਟਾ ਜਿਹਾ ਕੁਸ਼ਚਨ ਹੈ ਕੁਸ਼ਚਨ ਇਹ ਉਹ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਆਉਂਦੀ ਹੈ ਅਤੇ ਰਾਤ ਨੂੰ ਚੱਲ ਜਾਂਦੀ ਹੈ ਇਹਦਾ ਆਂਸਰ ਕੀ ਹੋਏਗਾ ਰਾਤ ਨੂੰ ਆਉਂਦੀ ਹੈ ਅਤੇ ਰਾਤ ਨੂੰ ਚਲੀ ਜਾਂਦੀ ਹੈ ਭੈੜੀ ਚੀਜ਼ ਹੈ ਉਹ ਰਾਤ ਨੂੰ ਨੀਂਦ ਆਉਂਦੀ ਹੈ ਪਰ ਨੀਂਦ ਤਾਂ ਆਉਂਦੀ ਹੈ ਬੜੀ ਵਾਰੀ ਆਉਂਦੀ ਹੈ ਦੱਸੋ ਜਰਾ ਕਦੋਂ ਕਦੋਂ ਆਉਂਦੀ ਹੈ ਨੀਂਦ ਕਿਹੜੀ ਕਿਹੜੀ ਕਲਾਸ 'ਚ ਆਉਂਦੀ ਹੈ ਦੱਸੋ ਬਹੁਤ ਸਾਰੀ ਕਲਾਸਿਸ 'ਚ ਆਉਂਦੀ ਹੈ ਓਪਨਲੀ ਦੱਸੋ ਕਿਹੜੀ ਕਿਹੜੀ ਕਲਾਸ ਨਹੀਂ ਨਹੀਂ ਇੱਦਾਂ ਨਹੀਂ ਦੱਸ ਸਕਦੀ ਅੱਛਾ ਮਤਲਬ ਫਸਣ ਵਾਲਾ ਡਰ ਹੋ ਸਕਦਾ ਓਬਵੀਅਸਲੀ ਬਈ ਡਰ ਤਾਂ ਹੁੰਦਾ ਹੀ ਹੈ ਪਰ ਕੀ ਲੱਗਦਾ ਤੁਹਾਨੂੰ ਕਿਹੜੀ ਚੀਜ਼ ਹੈ ਥੋੜ੍ਹਾ ਹਿੰਟ ਰਾਤ ਨੂੰ ਆਉਂਦੀ ਹੈ ਰਾਤ ਨੂੰ ਚੱਲ ਜਾਂਦੀ ਹੈ ਰਾਤ ਨੂੰ ਆਉਂਦੀ ਹੈ ਯਾਰ ਇਹ ਕੀ ਆਵਾ ਥੋੜ੍ਹਾ ਸਾ ਹਿੰਟ ਮੈਂ ਹਿੰਟ ਹੀ ਦੇ ਰਿਹਾ ਬਹਿ ਜਾਓ 2 ਮਿੰਟ ਮੈਨੂੰ ਲੱਗਦਾ ਇਹਨਾਂ ਨੇ ਆਂਸਰ ਦੇ ਦੇਣਾ ਭਾਵੇਂ ਸੋਚਣਾ ਪਵੇ ਥੋੜ੍ਹਾ ਜਿਹਾ ਹਾਂਜੀ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਆਉਂਦੀ ਰਾਤ ਨੂੰ ਚੱਲ ਜਾਂਦੀ ਰਾਤ ਨੂੰ ਆਉਂਦੀ ਹੈ ਰਾਤ ਨੂੰ ਮੈਂ ਹਿੰਟ ਦਿੰਦਾ ਮੂਨ ਰਾਤ ਕੋ ਆਤਾ ਹੈ ਪਰ ਇਹਨੇ ਦਿਨ ਕੋ ਜਾਤਾ ਹੈ ਦਿਨ ਕੋ ਜਾਤਾ ਹੈ ਰਾਤ ਹੀ ਹੋਤੀ ਹੈ ਨਹੀਂ ਥੋੜੀ ਥੋੜੀ ਰਾਤ ਵੀ ਹੋਤੇ ਹੈ ਮਤਲਬ ਆਪਣਾ ਆਂਸਰ ਦੇ ਕੇ ਆਪੇ ਜਵਾਬ ਦੇ ਜਾਂਦੇ ਵੀ ਨਹੀਂ ਇਹ ਗਲਤ ਹੋ ਸਕਦਾ ਵੈਲ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਉਹ ਚੀਜ਼ ਰਾਤ ਨੂੰ ਆਉਂਦੀ ਹੈ ਰਾਤ ਨੂੰ ਚੱਲ ਜਾਂਦੀ ਇਹ ਕੀ ਹਿੰਟ ਹੋ ਤਾਂ ਸ਼ੁਰੂ ਸੇ ਆਪ ਨਹੀਂ ਤੂੰ ਹਿੰਟ ਤਾਂ ਹੈ ਹੀ ਆ ਵੀ ਜਿਹੜੀ ਚੀਜ਼ ਰਾਤ ਨੂੰ ਆਉਂਦੀ ਰਾਤ ਕੋ ਚੱਲ ਜਾਂਦੀ ਚਲੋ ਠੀਕ ਹੈ ਮੈਂ ਹਿੰਟ ਦਿੰਦਾ ਹਾਂ ਠੀਕ ਹੈ ਉਹ ਚੀਜ਼ ਰਾਤ ਕੋ ਆਉਂਦੀ ਹੈ ਮੇਰੀ ਆਡੀਅੰਸ ਵੀ ਹੱਸ ਰਹੀ ਹੈ ਪਤਾ ਚੱਲ ਰਿਹਾ ਵੀ ਹੱਸ ਰਹੀ ਹੈ ਦੇਖੋ ਉਹ ਚੀਜ਼ ਰਾਤ ਮੇ ਆਉਂਦੀ ਹੈ ਰਾਤ ਮੇ ਚੱਲ ਜਾਂਦੀ ਹੈ ਹੁਣ ਮੈਂ ਲੈਂਗੁਏਜ ਚੇਂਜ ਕੀਤੀ ਹੈ ਜੀ ਫਰਕ ਨਾਈਟ ਮੇ ਚਲੀ ਜਾਂਦੀ ਹੈ ਓਕੇ ਨਾਈਟ ਮੇ ਆਉਂਦੀ ਹੈ ਨਾਈਟ ਮੇ ਚਲ ਜਾਂਦੀ ਹੈ ਓਕੇ ਨਹੀਂ ਪਤਾ ਨਹੀਂ ਪਤਾ ਹਾਰ ਗਏ ਹਾਰਨਾ ਹਮਨੇ ਸੀਖਾ ਨਹੀਂ ਐਦਾਂ ਕਹੋਗੇ ਤਾਂ ਜਵਾਬ ਦੇਣਾ ਪਊਗਾ ਆਪਣੇ ਹਿਸਾਬ ਨਾਲ ਬੋਲੋ ਜੋ ਬੋਲੋ ਠੀਕ ਹੈ ਆਪੇ ਬਤਾ ਦਿਓ ਨਹੀਂ ਪਤਾ ਨਹੀਂ ਇੱਕ ਕੋਮੇ ਹਾਰ ਗਈ ਨਹੀਂ ਨਹੀਂ ਰੁਕੋ ਰੁਕੋ ਹੱਥ ਰਾਤੀ ਰਾਤ ਕੋ ਚਲੀ ਜਾਂਦੀ ਹੈ ਕੀ ਹੈ ਹਾਰ ਗਈ ਠੀਕ ਹੈ ਫਿਰ ਇੱਕ ਵਾਰੀ ਬੋਲੋ ਆਏ ਹਾਏ ਚੁਟਕੀ
आय हाय चुटकी। मैं आपको बता देता हूँ इसका ना करेक्टर स्केच बनाता हूँ। चुटकी जो है ना वेली एक नंबर की है, मेरी फ्रेंड है, बैठी रहती स्टूडियो में, एसी लगा के बैठी रहती वहाँ पे, और मेरे को बाहर भेज दी थी कि जाके सबसे गप्पे लड़ा गया उधर। सो ये कोई बंदी दी गल हैगी? बिल्कुल नहीं, ये क्या गल हुई, ये क्या गल हुई। चलो एनीवेज हुण मैं तुहानूं देण लगा जवाब। इहदा जवाब है जी तरीक, डेट 12 बजे आँदी है ते नैक्सट 12 नूं चले जाती है। बहुत ही चंगा सी। हाँ बहुत ही चंगा सी, और तेरे नाल गल करके भी बहुत ही चंगा लगा। थैंक यू सो मच मैम, बाय बाय। लो जी, जिवें कि किसी कोलो जवाब नहीं दिता गया, इट मीनस कि मैं स्टूडेंटा तो भी ज़्यादा इंटैलीजेंट हाँ। तो जे मैं इंटैलीजेंट फिर मैं पढ़न की लोड़? मम्मी यह चीज़ ना ही देखियो वैसे, क्योंकि हमें घर जाके चपेड़ा खाने से चंगा है भी बंदा हाथ ही सांभ ले। मैं पढ़ूंगा, बहुत पढ़ूंगा, पर पढ़ूंगा इस शो तो बाद।